लुधियाना पुलिस ने जनतक थावां ते शराब पीण वालियां ते सिकंजा कसदियां वड्डी कारवाई की है। लुधियाना पुलिस ने एक दिन 44 मुकदमे दर्ज करके 82 लोगों नूं जनतक थावां ते शराब पीण दे दोष विच गिरफ्तार किया है। लुधियाना तो अमन टांगर की रिपोर्ट, लाइव भारत। अज मैं तुहाडे नाल शेयर करना चाहूँगा एक सानू पिछे जे मोबाइल स्नैचिंग की जिहड़ी वार वार ये रिपोर्ट आ रही सी उहदे विच असीं जिहड़ा कि दो आदमी उहदे च अरैसट किए हैं जिहड़ी 11 तरीक नूं उहदे च जसविंदर बंटी ते रितिक मिश्रा। रितिक मिश्रा जिहड़ा आउट ऑफ स्टेट दा ते जसविंदर बंटी है जिहड़ा इत्थों दा रहिण वाला। इन्हां तों असीं लगभग एक जिहड़ा लाइटर पिस्टल जिहड़ा कि ओरिजिनल पिस्टल वांगू लगदा ते प्लस उहदे विच नाल एक दातर ते 50 मोबाइल दा जिहड़े इन्हां ने वख-वख समें खोए सी ओह साडी टीम ने वर्क करके उहदे च DCP इनवैसटीगेशन ते ADCP जिहड़ी हैगा आ उहनूं रुपिंदर जिहड़े आ उहनां दी सारी टीम ने काम करके असीं इहदे विच्चों 50 मोबाइल जिहड़े वख-वख थावां ते खोए हुए ते नाल आ पिस्टल ते नाल ओह ते दोनों बंदिआं नूं असीं अरैसट कर लिया ते अगे उहदे च हजे होर पुछगिछ जारी है ते सानूं संभावना है ये लगभग 50 मोबाइल है ये 1.5 महीने के जिहड़े सारे खोए गए हैं तो सानू उम्मीद है भी होर इन्हां दे नाल दे जिहड़े कोई साथी है उहदे बारे पता लगेगा तो उहदी कार्रवाई करांगे। तो उहदे बेल दे विच भी तुहाडे नाल उहदे च जिहड़े ये 11 तरीक नूं थोड़े दिन पहले ही जां 5:11 नूं ये बेल ते आया। ਇਹਦੇ ਵਿੱਚ ਇੱਕ ਹੋਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੂੰਗਾ ਇਹਦੇ 'ਚ ਜਿਹੜੇ ਸਾਡੇ ਆਫਸਰ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਉਹਦੇ 'ਚ ਜਿਹੜੇ ਉਸ ਥਾਣੇ ਦੇ ਜੋਧੇਆਲ ਦੇ SHO ਅਤੇ ਇੱਕ ਹੈੱਡ ਕਾਂਸਟੇਬਲ ਚਰਨਜੀਤ ਸਿੰਘ ਇਹਨਾਂ ਨੂੰ ਕਲਾਸ 2 ਸਰਟੀਫਿਕੇਟ ਅਤੇ ਨਾਲ ਹੀ ਇਹਦੇ 'ਚ ਜਿਹੜੇ 3 ਜਾਣੇ ਮੁਲਾਜ਼ਮ ਹੈ ਜਿਹੜੇ ਹੈਗੇ ਆ ਉਹਨਾਂ ਨੂੰ ਕਲਾਸ 3 ਸਰਟੀਫਿਕੇਟਸ ਹੋਣਗੇ। ਇਹ ਵਿੱਚ ਕਈਆਂ ਨੂੰ ਵੇਚੇ ਸੀ ਅਤੇ ਕਈਆਂ ਨੂੰ ਵੈਸੇ ਰੱਖੇ ਹੋਏ ਸੀ ਉਹ ਸਾਰੀ ਡਿਟੇਲ ਉਹ ਕਾਫੀ ਲੰਮੀ ਡਿਟੇਲ ਹੈ ਬਟ ਫਿਲਹਾਲ ਇਹਦੇ ਵਿੱਚ ਕਿਉਂਕਿ ਸਾਰੇ ਮੋਬਾਈਲ ਤੁਸੀਂ ਦੇਖੇ ਆ ਇਹਦੇ ਵਿੱਚੋਂ ਓਨਰ ਦੇ ਬਹੁਤ ਸਾਰੇ ਰਿਪੋਰਟਡ ਨਹੀਂਗੇ ਜਿਵੇਂ ਮੋਬਾਈਲ ਖੋਇਆ ਗਿਆ ਜੀ ਮੇਰੇ ਤੋਂ ਖੋ ਕੇ ਅਤੇ ਕਈ ਰਿਪੋਰਟਡ ਕੇਸ ਨਹੀਂ ਅਸੀਂ ਸਾਰਿਆਂ ਦੇ IMEIs ਲੈ ਕੇ ਨੰਬਰ ਲੈ ਕੇ ਕਿਹੜੇ ਮੋਬਾਈਲ ਚੱਲਦੇ ਸੀ ਉਹਨਾਂ ਨੂੰ ਜਿਹੜੇ ਅਸੀਂ ਵਿਦ ਲੀਗਲ ਤਰੀਕੇ ਨਾਲ ਉਹਨੂੰ ਵਾਪਸ ਕਰਾਂਗੇ ਇਹਨਾਂ ਦੇ ਵਿੱਚੋਂ ਹਜੇ ਪਤਾ ਲੱਗੂਗਾ ਜੀ ਇੱਥੋਂ ਦੇ ਰਹਿਣ ਵਾਲੇ ਸੀ ਕਿ ਨਹੀਂ। ਸਰ ਇਸ ਦੇ ਵਿੱਚ ਅੱਜ ਨਾ ਇੱਕ ਮੋਤੀ ਨਗਰ ਥਾਣੇ ਵਿੱਚ ਵੀ ਪਰਚਾ ਦਰਜ ਹੋਇਆ ਇੱਕ ਵਿਦੇਸ਼ੀ ਜਿਹੜਾ ਵਰਲਡ ਟੂਰ ਤੇ ਨਿਕਲਿਆ ਹੋਇਆ ਸੀ ਸਾਈਕਲ ਤੇ ਉਸ ਦਾ ਮੋਬਾਈਲ ਉਹਦਾ ਸਨੈਚ ਹੋ ਗਿਆ ਨਾਲ ਕ੍ਰੈਡਿਟ ਕਾਰਡ ਵੀ ਸੀਗਾ ਸੋ ਉਹ ਵਿਦੇਸ਼ੀ ਹੈਗਾ ਉਹ ਅਪੀਲ ਵੀ ਕਰ ਰਿਹਾ ਤੁਹਾਨੂੰ ਵੀ ਜਿਹੜਾ ਵੀ ਮੇਰਾ ਮੋਬਾਈਲ ਲੱਭਿਆ ਜਾਵੇ। ਦੇਖੋ ਨਹੀਂ ਦੇਸ਼ੀ ਕ੍ਰਿਮੀਨਲੀ ਦੇਸ਼ੀ ਵਿਦੇਸ਼ੀ ਤੇ ਇਹ ਤਾਂ ਕੋਈ ਨਵਾਂ ਕਨਸੈਪਟ ਮਤਲਬ ਕ੍ਰਿਮੀਨਲ ਤਾਂ ਕ੍ਰਿਮੀਨਲ ਹੈ ਜੀ ਗੱਲ ਇਹ ਆ ਵੀ ਜੇ ਕ੍ਰਾਈਮ ਹੋ ਰਿਹਾ ਲੁਧਿਆਣਾ ਟੀਮ ਤਕੜੀ ਹੈ ਅਸੀਂ ਇਸ ਲੈਵਲ ਦੇ ਜੇ ਸਾਡੇ ਕੋਲ ਜਿਹੜੇ ਨਹੀਂ ਵੀ ਰਿਪੋਰਟਡ ਇਹ ਜਿਹੜੇ ਰੱਖੇ ਹੋਏ ਬਹੁਤ ਸਾਰੇ ਰਿਪੋਰਟਡ ਨਹੀਂ ਗਏ ਅਤੇ ਅਸੀਂ ਉਹਨਾਂ ਨੂੰ ਕ੍ਰਿਮੀਨਲ ਨੂੰ ਭਜਾ ਕੇ ਰੱਖਾਂਗੇ ਬਸ ਇੱਕੋ ਹੀ ਗੱਲ ਇਹ ਆ ਵੀ ਕ੍ਰਾਈਮ ਤਾਂ ਦੇਖੋ ਕ੍ਰਾਈਮ ਨੂੰ ਅਸੀਂ ਸਟਾਪ ਨਹੀਂ ਕਰ ਸਕਦੇ ਕ੍ਰਾਈਮ ਰੈਗੂਲਰ ਹੁੰਦਾ ਉਹਨੂੰ ਹੁੰਦਾ ਰਹੂਗਾ ਪਰ ਜਿਹੜੀ ਗੱਲ ਹੈ ਟੀਮ ਦੀ ਨੀਅਤ ਅਤੇ ਨੀਤੀ ਨੀਅਤ ਸਾਫ਼ ਅਤੇ ਨੀਤੀ ਗੁੰਡਿਆਂ ਨੂੰ ਭਜਾਉਣਾ ਬਦਮਾਸ਼ਾਂ ਨੂੰ ਭਜਾਉਣਾ ਇਹ ਸਾਡੀ ਟੀਮ ਇਸੇ ਤਰੀਕੇ ਨਾਲ ਕੰਮ ਕਰਦੀ ਰਹੂਗੀ। ਇਹਦੇ ਤੋਂ ਇੰਪੋਰਟੈਂਟ ਇੱਕ ਗੱਲ ਮੈਂ ਹੋਰ ਤੁਹਾਨੂੰ ਜਿਹੜੀ ਦੱਸਣਾ ਚਾਹੂੰਗਾ ਬਹੁਤ ਸਾਰੇ ਲੋਕਾਂ ਵੱਲੋਂ ਮੈਨੂੰ ਮੈਸੇਜ ਭੇਜੇ ਗਏ ਆ ਰਿਟਨ ਉਹਦੇ ਵਿੱਚ ਵਟਸਐਪ 'ਤੇ ਕੀਤੇ ਗਏ ਮੇਰੇ ਕੋਲ ਨੰਬਰ ਵੀ ਸੇਵ ਨਹੀਂ ਵੀ ਅਸੀਂ ਪਰਿਵਾਰਾਂ ਨਾਲ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਹਾਂ ਅਤੇ ਉੱਥੇ ਸਾਨੂੰ ਜਿਹੜੀ ਦਿੱਕਤ ਆਉਂਦੀ ਹੈ ਅਸੀਂ ਆਪਦੀ ਫੈਮਿਲੀ ਦੇ ਨਾਲ ਬਹੁਤ ਸਾਰੀਆਂ ਮਾਰਕੀਟਸ ਦੇ ਵਿੱਚ ਨਹੀਂ ਜਾ ਸਕਦੇ ਗੇ ਆਪਦੀਆਂ ਬੇਟੀਆਂ ਅਤੇ ਬੱਚਿਆਂ 'ਤੇ ਜਾਂ ਵਾਈਫ ਦੇ ਨਾਲ ਉਹ ਲੇਡੀ ਮੈਂਬਰ ਦੇ ਨਾਲ ਨਹੀਂ ਜਾ ਸਕਦੇ ਕਿਉਂਕਿ ਇੱਥੇ ਬਹੁਤ ਸਾਰੇ ਮਾਰਕੀਟ ਫੈਸ਼ਨ ਬਣ ਗਿਆ ਵੀ ਕਾਰ ਦੇ ਵਿੱਚ ਉੱਤੇ ਬੋਤਲ ਰੱਖ ਕੇ ਦਾਰੂ ਪੀ ਰਹੇ ਆ। ਰਾਤ ਲੁਧਿਆਣਾ ਪੁਲਿਸ ਵੱਲੋਂ ਸਾਡੇ ਸਾਰੇ ਅਫਸਰ ਜਿੰਨੇ ਇੱਥੇ ਬੈਠੇ ਆ ਇਹਨਾਂ ਨੇ ਆਪ ਅਸੀਂ ਜਿੰਨੇ ਗਸਟਡ ਅਫਸਰ ਸੀ ਉਹਨਾਂ ਨੂੰ ਇੱਕ ਇੱਕ ਮਾਰਕੀਟ ਅਲੋਟ ਕੀਤੀ ਅਤੇ ਉਹਦੇ ਵਿੱਚ ਅਸੀਂ ਲਗਭਗ ਉਹਨੂੰ ਜਿਹੜੇ 82 ਬੰਦੇ ਉਹ ਗ੍ਰਿਫਤਾਰ ਕੀਤੇ ਆ 44 ਜਿਹੜੀਆਂ ਵੱਖ ਵੱਖ ਥਾਵਾਂ 'ਤੇ FIR ਦਰਜ ਕੀਤੀਆਂ। ਇਹਦੇ 3 ਕਾਰਨ ਹੈ FIR ਦਰਜ ਕਰਨ ਦੇ। ਪਹਿਲਾ ਕਾਰਨ ਇਹ ਆ ਵੀ ਜਿਹੜੀਆਂ ਲੋਕ ਪਰਿਵਾਰਾਂ ਨੂੰ ਮੁਸ਼ਕਲਾਂ ਆਉਂਦੀਆਂ ਜਿੱਥੇ ਕਿ 50% ਜਿਹੜੀ ਪਾਪੂਲੇਸ਼ਨ ਲੇਡੀਜ਼ ਦੀ ਹੈ ਅਤੇ ਉਹ ਜੇ ਮਾਰਕੀਟ ਦੇ ਵਿੱਚ ਨਾ ਜਾਣੇ ਗੁੰਡਾਗਰਦੀ ਦਾ ਰਾਜ ਤਾਂ ਹੈ ਨਹੀਂ ਵੀ ਉਹਨਾਂ ਨੂੰ ਦਿੱਕਤ ਆਊਗੀ ਇੱਕ ਉਹਦੇ ਲਈ। ਨੰਬਰ 2 ਦੇ ਵਿੱਚ ਜਦੋਂ ਡਰੰਕਨ ਡਰਾਈਵਿੰਗ ਕਰਦੇ ਆ ਤਾਂ ਉਹਦੇ ਵਿੱਚ ਕੋਈ ਐਕਸੀਡੈਂਟ ਕਰਦੇ ਆ ਅਤੇ ਉਹਨਾਂ ਦੀਆਂ ਜਾਨਾਂ ਨੂੰ ਵੀ ਨੁਕਸਾਨ ਹੋ ਸਕਦਾ।
इस करके ये जिहड़ी सरप्राइज़ कंपेन जिहड़ी 8 तों 11 बजे तक चली है उहदे विच असीं इन्ने केसिस रजिस्टर्ड हो गए आ। ये कंपेन सरप्राइज़ एलीमेंट विच ही रहेगा, कदे भी असीं शाम नूं लेट दो गल्लां इहदे नाल साबित हुंदियां। लुधियाणा पुलिस जे सवेरे तुहानूं 9 बजे भी ड्यूटी ते मिलदी है ते रात दे 11 बजे भी इहनूं कह सकदे आ, 14-16 घंटे जे ऑफिसर ड्यूटी कर रहे आ जिहड़े उस लैवल ते, असीं ये कंपेन इवें जारी रखांगे। इहदे च एक होर जिहड़े ड्रंकन ड्राइविंग करदे आ उहनां नूं मैं तुहाडे जरिए एक बेनती ते अपील करना चाहूँगा वी प्लीज़ इहनूं आपदा कैरियर खराब ना करो। जिहदे ते परचा दर्ज हुंदा तुहाडा पासपोर्ट नहीं बनना, तुहाडी वेरीफिकेशन नहीं होनियां गियां, तुहाडी कोई यंग हो तुहाडी जिहड़ियां जॉब्स आ उहनां ते ब्रेक्स लग जाणगियां। इस करके कई बार ये होंदा वी बेलेबल ऑफेंस इहदा की हो गया। ये असी नहीं चाहते भी तुहाडे खिलाफ़ कार्रवाई करिए, पर सानू तुहाडी जाना की परवाह है, सानू 50% जिहड़ी पॉपूलेशन दे विच लेडीज़ आ उहनां की परवाह है। इस करके असी जे इहो जी गुंडागर्दी इहनूं अलाउ नहीं करांगे। ये जिहड़ी कंपेन इसे ढंग दे नाल ही जारी रहेगी। नहीं देखो हजे ना जी बहुत सारिया चीज़ा हैगियां, तुसी साढ़े दोस्त हो, तुहाडे राही सानू बहुत सारिया गल्लां पता लगदियां रहनियां, बहुत सारिया चीज़ा तुसी बड़े सोहने ढंग नाल, क्योंकि तुहाडे विच्चों भी तुहाडा मनशा भी साढ़े वांगू आपदे सिटी नू सेफ ते सिक्योर रखना है। तो जिन्ना चिकर तुहाडा मनशा सिटी नू सेफ ते सिक्योर रखना है वो तुसी ते असी इक्को पार्टी चलते हैं। जिहड़ी ये गल कही है जिहड़ियां दुकानां फलाना मीट वाला फलाना मच्छी वाला जी फलाना चिकन पकौड़े वाला उन्हां नूं जिहदी दुकान दे अगे जिहदे ढाबे दे अगे ये दारू पियाई जाऊगी उहनूं विचों दे मुलजम रख्या जाऊगा। इस वारी ये अफेंस है ते जे वार वार वो बाज नहीं आउणगे तां जिहड़े होर वड्डे अफेंस आ उहदे मुताबक कार्रवाई की जाऊगी। थैंक यू सो मच, ते तुहाडी कोऑपरेशन दी एवें ही लोड़ रहेगी। थैंक यू मेरे लिए सब तो इंपोर्टेंट बंदे हैं। हुण कोई मैनू कॉल करी जावे मैं उहदी कॉल नूं कट रहा साइलेंट ते ला लिया। पुलिस अफसर किस थां ते बैठा एक आ मोबाइल दे नाल उहदी कैपेसिटी है ना, जे मान लो तुहाडी 10 घंटे की कपैसिटी है जां आम बंदे दे जे 24 घंटे है, असीं सोचदे हां वी सानू तां 48 घंटे चाहिए सी वी, लोकां दी एक्सपैक्टेशन है, पर असीं एक्सपैक्टेशन दे पूरा उतरन की कोशिश करदे हां। तुहानू एक JCP इन्हां ने एक SHO इन्हां ने बड़ा सोहणा एक काम कीता है, दे विल ब्रीफ यू। नोट कर लेना काइंडली तुसीं सारे।